ਦੇ ਖਿਲਾਫ ਜਾਂ ਬੰਦੇ ਜਿਹੜੇ ਕ੍ਰਾਈਮ ਕਰਨ ਦੇ ਪ੍ਰੋਨ ਨੇ, ਔਰ ਉਹਨਾਂ ਚੋਂ 391 ਬਾਊਂਡ ਡਾਊਨ ਵੀ ਕੀਤੇ ਗਏ। ਕੋਰਟ ਜਿਹੜੀ ਬਾਊਂਡਿੰਗ ਡਾਊਨ ਹੁੰਦੀ ਹੈ ਕਿ ਗੁੱਡ ਬਿਹੇਵੀਅਰ ਦਾ ਉਹਨਾਂ ਤੋਂ ਇੱਕੋ ਲਿਆ ਗਿਆ। ਇਸ ਤੋਂ ਇਲਾਵਾ ਨੈਕਸਟ ਕ੍ਰਾਈਮ ਦਾ ਹੁੰਦਾ ਪੀਓਜ਼, ਪ੍ਰੋਕਲੇਮਡ ਅਫੈਂਡਰ। ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ, ਇਲੈਕਸ਼ਨਜ਼ ਵੀ ਆ ਰਹੀਆਂ, ਉਹਦੇ 'ਚ ਪੀਓ ਦੇ ਅਬਸਕੋਂਡਰ ਟੋਟਲ 71 ਫੜਿਆ, 71 ਇਸ ਇੱਕ ਮਹੀਨੇ ਦੇ ਵਿੱਚ, ਵਿਚ ਇਜ਼ ਵੈਰੀ ਵੈਰੀ ਗੁੱਡ ਪੁਲਿਸਿੰਗ। ਔਰ ਇਹ 'ਚ NDPS ਐਕਟ ਦੇ 11 ਸੀਗੇ ਇਹਨਾਂ 'ਚੋਂ ਪੀਓ, ਜਿਹੜੇ ਕਿ ਨਸ਼ੇ ਵਾਲੇ ਡਰੱਗਸ ਨਾਲ ਰਿਲੇਟਡ ਕੇਸਾਂ ਦੇ ਵੀ ਸੀਗੇ। ਸੋ ਇਹ ਡਰਾਈਵ ਵੀ ਅਸੀਂ ਅੱਗੇ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਜਿਹੜੇ ਵਹੀਕਲਸ ਇੰਪਾਊਂਡ ਕੀਤੇ ਗਏ, ਜਿਵੇਂ ਕੋਈ ਨੰਬਰ ਪਲੇਟ ਤੋਂ ਬਿਨਾਂ ਚਲਾ ਰਿਹਾ ਜਾਂ ਕੋਈ ਵੈਸੇ ਜਿਹੜੇ ਟ੍ਰਿਪਲ ਰਾਈਡਿੰਗ ਦੇ ਨਾਲ ਜਿਹਦੇ ਕੋਲ ਕਾਗਜ਼ ਹੈ ਨਹੀਂ ਗੇ, ਸਸਪੀਸ਼ੀਅਸ ਜਿਹਦੇ ਬਾਰੇ ਹੈ ਕ੍ਰਾਈਮ ਦਾ, 209 ਵਹੀਕਲ ਇਸ ਇੱਕ ਮਹੀਨਾ ਤੇ ਤੁਸੀਂ ਸਮਝ ਲਓ 9 ਦਿਨਾਂ ਦੇ ਵਿੱਚ 209 ਵਹੀਕਲ ਇੰਪਾਊਂਡ ਕੀਤੇ ਗਏ, ਵਿਚ ਇਜ਼ ਫੇਅਰਲੀ ਗੁੱਡ। ਉਹਦੇ ਨਾਲ ਕ੍ਰਾਈਮ ਦੇ ਉੱਤੇ, ਪ੍ਰੀਵੈਂਸ਼ਨ ਦੇ ਉੱਤੇ ਪੂਰਾ ਇਫੈਕਟ ਪੈਂਦਾ ਜੀ। ਅਤੇ ਜਿਹੜਾ ਦੂਸਰਾ ਹੈਗਾ ਸਾਲ ਦਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਟੋਟਲ 307 ਕੇਸ ਨੇ NDPS ਦੇ, 561 ਅਕਿਊਜ਼ ਫੜੇ ਗਏ ਆ ਹੁਣ ਤੱਕ। ਇਹ ਜਿਹੜੀ ਆਪਣੇ 32 ਕਿਲੋ ਵਾਲੀ ਪਾ ਕੇ 52 ਕਿਲੋ ਹੋ ਗਈ ਸਾਰੇ ਸਾਲ ਦੀ, ਜੇ 1 ਜਨਵਰੀ ਪਿਛਲੀ 2023 ਤੋਂ ਲਈਏ। ਇਸੇ ਤਰ੍ਹਾਂ ਸਿੰਥੈਟਿਕ ਡਰੱਗਸ ਅਤੇ ਉਹ ਸਾਰਾ ਮੇਜਰ ਪੋਰਸ਼ਨ ਇਸੇ ਟਾਈਮ 'ਤੇ ਹੀ ਆਇਆ। ਰਿਵੋਲਵਰ ਪਿਸਟਲ 87 ਹੋ ਗਏ, 41 ਤਾਂ ਇਸ ਪੀਰੀਅਡ ਦੇ ਹੀ ਹੈ, ਤਾਂ ਆਲਮੋਸਟ ਚੰਗਾ ਇਹ ਸਾਰਾ ਹੈਗਾ ਇਹਦੇ 'ਚ। ਇਸ ਤੋਂ ਇਲਾਵਾ ਪ੍ਰੀਵੈਂਟਿਵ ਐਕਸ਼ਨ ਜਿਹੜਾ ਟੋਟਲ ਹੋਇਆ ਉਹ 1568, ਔਰ ਟੋਟਲ ਕੇਸਿਸ ਨੇ 2635 ਬੰਦਿਆਂ ਦੇ ਖਿਲਾਫ ਹੋਇਆ। ਔਰ ਪੀਓ ਅਬਸਕੋਂਡਰ ਜਿਹੜੇ ਫੜੇ ਗਏ ਆ ਉਹ ਟੋਟਲ 255 ਫੜੇ ਗਏ ਪੂਰੇ ਸਾਲ ਦੇ ਵਿੱਚ, ਉਹਨਾਂ 'ਚੋਂ 44 ਜਿਹੜੇ NDPS ਐਕਟ ਦੇ ਆ। ਜਿਹੜੇ ਸਨੈਚਿੰਗ ਹੈ ਉਹਦੇ 'ਚੋਂ 200 ਤੋਂ 218 ਮੁਕੱਦਮੇ ਟਰੇਸ ਹੋਏ ਆ। ਇਹਨੂੰ ਹੁਣ ਜਾ ਕੇ ਦਸੰਬਰ 'ਚ ਆਪਾਂ ਹੋਰ ਇੰਪਰੂਵ ਕਰ ਲਿਆ, ਹੋਰ ਵੀ ਅੱਗੇ ਕਰ ਲਾਂਗੇ। ਇਹਦੇ 'ਤੇ ਥੋੜ੍ਹਾ ਵਰਕ ਕਰਨ ਦੀ ਲੋੜ ਸੀਗੀ, ਬਟ ਆਈ ਥਿੰਕ ਇਟ ਇਜ਼ ਸ਼ੋਇੰਗ ਕੰਸਿਡਰੇਬਲ ਇੰਪਰੂਵਮੈਂਟ। ਹੁਣ ਤਾਂ 95+ ਸੀ, 96-97% ਦੇ ਕਰੀਬ ਸਨੈਚਿੰਗ ਟਰੇਸ ਹੋਈ ਹੈ। ਇਹ ਵੀ ਪੁਰਾਣੇ ਵੀ ਕੇਸ ਅਸੀਂ ਸਾਰੇ ਕਰ ਰਹੇ ਹਾਂ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਥੈਂਕ ਯੂ ਵੀ ਕਰਨਾ ਚਾਹੁੰਦਾ, ਧੰਨਵਾਦ ਵੀ ਕਰਦਾ ਕਿ ਇੱਥੋਂ ਦੀ ਮੀਡੀਆ ਔਰ ਪ੍ਰੈਸ ਜਰਨਲਿਸਟ ਸਾਰਿਆਂ ਨੇ ਬਹੁਤ ਹੀ ਸਾਥ ਦਿੱਤਾ ਪੁਲਿਸ ਦਾ, ਔਰ ਸੋਸਾਇਟੀ ਵਾਸਤੇ ਆਪਾਂ ਇਕੱਠੇ ਹੋ ਕੇ ਕ੍ਰਾਈਮ ਰੋਕਣਾ, ਡਰੱਗਸ ਨੂੰ ਆਪਾਂ ਸਮੈਸ਼ ਕਰਨਾ ਉਹਨਾਂ ਦਾ ਕਾਟਲ, ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਰਿਹਾ। ਮੈਂ ਦਿਲੋਂ ਧੰਨਵਾਦੀ ਹਾਂ ਤੁਹਾਡਾ। ਅਜੇ ਦੇਖਿਆ ਨੀ, ਦੈਟ ਇਜ਼ ਅ ਗੁੱਡ ਕੁਐਸਚਨ, ਆਪਾਂ ਦੇਖ ਲੈਂਦੇ ਹਾਂ ਇਹਨੂੰ। ਅਸੀਂ ਵੈਸੇ ਨਾ ਇਹਦੀ ਕੈਟਾਗਰਾਈਜੇਸ਼ਨ ਕਰਾ ਰਹੇ ਹਾਂ, ਕਿਉਂਕਿ ਪੀਓਜ਼ ਵਗੈਰਾ ਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਪੁਰਾਣੇ ਹੀ ਚੱਲੇ ਆਉਂਦੇ ਨੇ, ਮੇ ਬੀ ਦੇ ਆਰ ਨੋ ਮੋਰ ਨਾਓ, ਕੁਛ ਉਹਨਾਂ ਦੇ ਮਤਲਬ ਇੰਨੇ ਸਾਲ ਬਾਅਦ ਬੰਦਾ ਵੈਸੇ ਵੀ ਬਜ਼ੁਰਗ ਹੋ ਗਿਆ, ਉਹ ਫਿਰ ਪ੍ਰੋਵੀਜ਼ਨ ਹੈਗਾ ਲਾਅ ਦਾ, ਉਹਦੀ ਓਮਿਸ਼ਨ ਹੋ ਸਕਦੀ ਹੈ, ਹੋਰ ਹੋ ਸਕਦੀ, ਉਹ ਸਾਰਾ ਸਾਡੀ ਐਕਸਰਸਾਈਜ਼ ਚੱਲ ਰਹੀ ਹੈ। ਸੋ ਉਹਦੇ 'ਤੇ ਵੀ ਆਪਾਂ ਵਰਕ ਕਰ ਰਹੇ ਹਾਂ, ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਚੋਰੀਆਂ ਐਸੀਆਂ ਹੁੰਦੀਆਂ, ਕੋਈ ਸਨੈਚਿੰਗ ਓਵਰਆਲ ਹੁੰਦੀਆਂ, ਕੋਈ ਮਰਡਰ, ਕਿਸੇ ਵੀ ਤਰ੍ਹਾਂ ਦਾ ਕੇਸ, ਉਹਦੇ ਵਿੱਚ ਪਰਸਨ ਦੇ ਤੁਸੀਂ ਐਸੀ ਰੱਖਦੇ ਹੋ।
ਕਿੰਨੇ ਪਰਸੈਂਟ ਰੇਜ਼ ਹੋ ਗਏ ਨੇ, ਨੰਬਰ ਇੱਕ। ਸੈਕਿੰਡ, ਇਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਸੀਗੇ ਇਹਨਾਂ ਨੂੰ ਕੋਰਟ ਨੇ ਸਜ਼ਾ ਦੇ ਦਿੱਤੀ, ਟ੍ਰਾਇਲ ਕੰਪਲੀਟ ਹੀ ਨਹੀਂ ਹੁੰਦੀ, ਉਹ ਵੀ ਅਸੀਂ ਸਾਰਾ ਐਗਜ਼ਾਮਿਨ ਕਰ ਰਹੇ ਹਾਂ। ਇੱਕ ਮਹੀਨੇ ਚ ਇੰਨਾ ਹੀ ਬਹੁਤ ਸੀਗਾ ਜੀ, ਹੁਣ ਆਪਾਂ ਇਹਦੇ ਤੇ ਉੱਤੇ ਲੱਗੇ ਹੋਏ ਹਾਂ ਵਿਦ ਯੂਅਰ ਗੁੱਡ ਵਿਸ਼ਸ। ਫਿਰ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਇਹ ਵਾਰ ਵਾਰ ਫਿਰ ਬਾਹਰ ਨਿਕਲਦੇ ਨੇ, ਜਮਾਨਤ ਕਰਾਉਂਦੇ ਨੇ, ਫਿਰ ਉਸੇ ਦੁਬਾਰਾ ਉਸੇ ਲਈ ਕੰਮ ਉਹੀ ਸ਼ੁਰੂ ਕਰ ਦਿੰਦੇ ਨੇ। ਕੀ ਲੱਗਦਾ ਹੈ ਕਿ ਇਹ ਦੋ ਤੋਂ ਤਿੰਨ ਵਾਰੀ ਤੋਂ ਬਾਅਦ ਕੋਈ ਐਸੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਉਹ ਬਾਹਰ ਨਾ ਆਉਣ ਜਾਂ ਫਿਰ ਉਹਨਾਂ ਨੂੰ ਠੱਲ ਪੈ ਸਕੇ? ਨਹੀਂ, ਦੇਖੋ ਕਾਨੂੰਨ ਦੇ ਵਿੱਚ ਤਾਂ ਚੇਂਜ ਆ ਹੀ ਰਹੀ ਹੈ, ਆਪਾਂ ਨੂੰ ਸਭ ਨੂੰ ਪਤਾ ਹੈ। ਅਸੀਂ ਜਿਹੜਾ ਮੈਥਡ ਅਡੋਪਟ ਕੀਤਾ ਕਿ ਅਸੀਂ ਪ੍ਰੀਵੈਂਟਿਵ ਐਕਸ਼ਨ ਨਾਲ ਆਪਣਾ ਰੱਖਦੇ ਹਾਂ, ਵਿਚ ਇਜ਼ ਏ ਵੈਰੀ ਪਾਵਰਫੁਲ ਟੂਲ ਆਫ ਪ੍ਰੀਵੈਂਟਿਵ ਪੁਲਿਸਿੰਗ। ਉਹਦੇ 'ਚ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਤੁਹਾਡੇ ਸਾਹਮਣੇ ਜਿਹੜੀਆਂ ਫਿਗਰਸ, ਇੱਕ ਮਹੀਨੇ 'ਚ ਅਸੀਂ ਇੰਨੇ ਬੰਦੇ ਬਾਊਂਡ ਡਾਊਨ ਕਰਾ ਕੇ ਅਰੈਸਟ ਕੀਤੇ, ਪ੍ਰੀਵੈਂਟਿਵ ਐਕਸ਼ਨ ਲਿਆ, ਉਹਨਾਂ ਨੂੰ ਜੁਡੀਸ਼ੀਅਲ 'ਚ ਗਏ ਬੰਦੇ, ਤਾਂ ਉਹ ਇੱਕ ਤਰੀਕਾ ਹੈ ਕਿ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਮੁਲਜ਼ਮ ਹੈ ਉਹ ਲੀਗਲ ਤਰੀਕੇ ਨਾਲ ਅੰਦਰ ਰਹੇ, ਸੁਸਾਇਟੀ 'ਚ ਆ ਕੇ ਦੁਬਾਰਾ ਕੋਈ ਇਹੋ ਜਿਹੀ ਸ਼ਰਾਰਤ ਜਾਂ ਕ੍ਰਿਮੀਨਲ ਐਕਟ ਨੂੰ ਅੰਜਾਮ ਨਾ ਦੇ ਸਕੇ। ਦੇਖੋ ਤੁਹਾਡੇ ਸਾਹਮਣੇ ਆਪਾਂ ਡਰੱਗ ਅਵੇਅਰਨੈਸ ਦਾ ਇੱਕ ਕੰਮ ਕੀਤਾ ਸੀਗਾ, ਆਈ ਥਿੰਕ ਇਟ ਵੈਂਟ ਆਫ ਵੈਲ। ਹੁਣ ਅਸੀਂ ਨਵਾਂ ਸਾਰਾ ਕੈਲੰਡਰ ਈਅਰ 'ਚ ਪਲਾਨ ਕਰ ਰਹੇ ਹਾਂ, ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਰਹਾਂਗੇ। ਉਹ 'ਚ ਰਿਕੁਐਸਟ ਮੇਰੀ ਕੀਤੀ ਹੈ, ਅਸੀਂ ਕਾਫੀ ਜਿਹੜੇ ਆਈਕੋਨਿਕ ਪਰਸਨੈਲਿਟੀਜ਼ ਨੇ ਉਹਨਾਂ ਨੂੰ ਸ਼ਾਮਲ ਕਰੀਏ, ਸੋ ਦੈਟ ਯੂਥ, ਕਿਉਂਕਿ ਮੈਂ ਉਸ ਪ੍ਰੋਗਰਾਮ 'ਚ ਵੀ ਦੇਖਿਆ ਕਿ ਜਦੋਂ ਉਹ ਜਿਹੜਾ ਐਕਟਰ ਸਿੰਗਰ ਆਏ ਗੁਰਨਾਮ ਭੁੱਲਰ ਜੀ, ਤਾਂ ਬੱਚਿਆਂ ਦਾ ਰੁਝਾਨ ਉਸ ਗੱਲ ਨੂੰ ਸੁਣਨ ਵੱਲ ਜ਼ਿਆਦਾ ਸੀ ਜਨਰਲ ਗੱਲਾਂ ਨਾਲੋਂ। ਸੋ ਉਸ ਤਰ੍ਹਾਂ ਦਾ ਅਸੀਂ ਕੋਈ ਆਪਣੇ ਸਪੋਰਟਸ ਦਾ ਆਈਕੋਨ ਹੈ, ਹੋਰ ਹੈ, ਉਹ ਅਸੀਂ ਕਾਫੀਆਂ ਨੂੰ ਮੈਂ ਰਿਕੁਐਸਟ ਕੀਤੀ ਹੈ, ਐਂਡ ਆਈ ਐਮ ਹੋਪਫੁਲ ਕਿ ਆਪਾਂ ਇੱਦਾਂ ਦਾ ਪ੍ਰੋਗਰਾਮ ਕਰਾਂਗੇ, ਕੰਟੈਕਟ ਪ੍ਰੋਗਰਾਮ। ਔਰ ਉਹਦੇ 'ਚ ਅਸੀਂ ਇਹ ਵੀ ਮੈਂ ਸੋਚਿਆ ਕਿ ਜਿੱਦਾਂ ਸਾਡੇ ਹੌਟਸਪੋਟਸ ਨੇ ਉਹਦੇ ਜਾ ਕੇ ਅਸੀਂ ਜਿਹੜੇ ਲੇਡੀਜ਼ ਔਰ ਯੰਗਸਟਰਸ ਨੂੰ ਇਨਵੋਲਵ ਕਰਨ ਵਾਸਤੇ, ਚਾਹੇ ਉਹ ਛੋਟੀਆਂ ਮੁਹੱਲਾ ਟਾਈਪ ਗੇਮਸ ਨੇ, ਚਾਹੇ ਉਹ ਫਨ ਗੇਮਸ ਨੇ, ਜਾਂ ਮਿਊਜ਼ੀਕਲ ਚੇਅਰ ਹੈ ਜਿਵੇਂ ਛੋਟੇ ਛੋਟੇ ਏਰੀਏ 'ਚ ਹੁੰਦੀਆਂ, ਉਹ ਆਪਾਂ ਉੱਥੇ ਲੈ ਕੇ ਜਾਵਾਂਗੇ। ਸੋ ਦੈਟ ਇਹ ਮੈਸੇਜ ਨਾਲ ਨਾਲ, ਕਿਉਂਕਿ ਜੇ ਆਪਾਂ ਸਿੱਧਾ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਬੰਦੇ ਉਹਨਾਂ ਅਬਜ਼ਰਵ ਨਹੀਂ ਕਰਦੇ ਉਹਨੂੰ। ਭਾਈ ਸਾਹਿਬ ਦੇਖੋ, ਬੜੀ ਸਿੰਪਲ ਗੱਲ ਹੈ, ਟ੍ਰੈਫਿਕ ਇਜ਼ ਅਵਰ ਪ੍ਰਾਇਰਟੀ, ਐਂਡ ਉਹਦੇ 'ਚ ਜਿਹੜੀਆਂ ਸਾਡੀਆਂ ਪ੍ਰੋਬਲਮ ਸੀਗੀਆਂ, ਅਸੀਂ ਡੀ ਸੀ ਸਾਹਿਬ ਨੂੰ ਮੈਂ ਕਹਿ ਕੇ, ਕਿਉਂਕਿ ਕਾਰਪੋਰੇਸ਼ਨ ਦਾ ਚਾਰਜ ਉਹਨਾਂ ਕੋਲ, ਆ 3-4 ਦਿਨ ਪਹਿਲਾਂ ਹੀ ਬੜੀ ਅੱਛੀ ਫਰੂਟਫੁੱਲ ਮੀਟਿੰਗ ਹੋਈ ਹੈ, ਸਾਨੂੰ ਉਹਨਾਂ ਨੇ ਡੈਡਲਾਈਨਸ ਜਿਹੜੀਆਂ ਕਾਰਪੋਰੇਸ਼ਨ ਅਤੇ ਨੈਸ਼ਨਲ ਹਾਈਵੇ ਨੇ, ਮੈਂ ਉਹਨਾਂ ਤੋਂ ਇਹ ਅਸ਼ੋਰੈਂਸ ਲਈ ਹੈ ਕਿ ਜ਼ਿਆਦਾਤਰ ਉਹਨਾਂ ਦੀ 15 ਜਨਵਰੀ ਤੱਕ ਦਾ ਟਾਈਮ ਲਿਆ ਸੀਗਾ ਸਾਡੇ ਤੋਂ। ਕਿਉਂਕਿ ਦੇਖੋ ਟ੍ਰੈਫਿਕ, ਮੈਂ ਪਹਿਲਾਂ ਜਿਵੇਂ ਬੇਨਤੀ ਕੀਤੀ ਹੈ, ਟ੍ਰੈਫਿਕ ਇਕੱਲਾ ਪੁਲਿਸ ਦਾ ਮੁੱਦਾ ਨਹੀਂ ਹੈ, ਪੁਲਿਸ ਦਾ ਕੰਮ ਹੈ ਇਨਫੋਰਸਮੈਂਟ ਕਰਾਉਣੀ। ਹੁਣ ਜੇ ਟ੍ਰੈਫਿਕ 'ਤੇ ਵੋਲੀਊਮ ਹੈਗੀ ਹੈ, ਉਹਨੂੰ ਪੁਲਿਸਮੈਨ ਤਾਂ ਰੋਕ ਕੇ ਦੂਜਿਆਂ ਨੂੰ ਲੰਘਾ ਹੀ ਸਕਦਾ। ਰੋਡ ਇੰਜੀਨੀਅਰਿੰਗ ਜਿਵੇਂ ਸਲਿਪ ਰੋਡਸ ਹੈ, ਕਿਤੇ ਬਲਿੰਕਰ ਲਾਉਣੇ ਆ ਲਾਈਟਾਂ ਦੇ, ਕਿਤੇ ਸਪੀਡ ਬ੍ਰੇਕਰ ਲੱਗਣਾ, ਈਵਨ ਰੈੱਡ ਲਾਈਟਸ ਦਾ ਮੈਂ ਮੁੱਦਾ ਵਿੱਚ ਉਠਾਇਆ ਸੀ ਕਿ ਜਿਹੜੀਆਂ ਰੈੱਡ ਲਾਈਟ ਰਾਤ ਨੂੰ
ਜਦੋਂ ਟ੍ਰੈਫਿਕ ਦਾ ਵੋਲਿਊਮ ਘਟ ਜਾਂਦਾ, ਅਸੀਂ ਲੋਕਾਂ ਨੂੰ ਇੱਕ ਇਹ ਕਾਨੂੰਨ ਤੋੜਨ ਦੀ ਆਦਤ ਨਾ ਪਾਈਏ, ਕਿਉਂਕਿ ਰਾਤ ਨੂੰ ਲੋਕ ਕਹਿੰਦੇ ਇਹ ਖਾਲੀ ਆ, ਅਸੀਂ ਫਿਰ ਖੜੇ, ਦਸ ਇੱਕ ਮਿੰਟ ਦੀ ਲਾਈਟ ਹੈ, ਦੋ ਮਿੰਟ ਦੀ ਲਾਈਟ, ਉਹ ਸਾਰੀਆਂ ਚੀਜ਼ਾਂ ਜਿਹੜੇ ਕਿ ਪੁਲਿਸ ਦੇ ਕੰਟਰੋਲ 'ਚ ਨਹੀਂ ਹੈ, ਬਟ ਅਸੀਂ ਉਹਨਾਂ ਨਾਲ ਬੜਾ, ਔਰ ਡੀ ਸੀ ਸਾਹਿਬ ਨੇ ਬੜਾ ਵਧੀਆ ਉਹਨੂੰ ਸਾਨੂੰ ਅਸ਼ੋਰ ਵੀ ਕੀਤਾ, ਮਿਊਂਸੀਪਲ ਕਾਰਪੋਰੇਸ਼ਨ ਦੇ ਸਾਰੇ SC ਵਗੈਰਾ ਸਾਰੇ ਲੋਕ ਸੀਗੇ ਉਹਦੇ 'ਚ, ਬੜੀ ਐਲੈਬੋਰੇਟ ਅਸੀਂ ਮੀਟਿੰਗ ਕੀਤੀ ਓਨਲੀ ਔਨ ਟ੍ਰੈਫਿਕ, ਐਂਡ ਉਹਦਾ ਰਿਵਿਊ ਰੱਖਾਂਗੇ ਹੁਣ ਆਪਾਂ। ਮੈਂ ਉਸੇ ਤੇ ਆ ਰਿਹਾ ਜੀ, ਈ ਰਿਕਸ਼ਾ ਦਾ ਜਿਹੜਾ ਇੰਸੀਡੈਂਟ ਹੋਇਆ ਸੀ ਉਹ ਵੀ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ, ਬਟ ਜਿਹੜਾ ਈ ਰਿਕਸ਼ੇ ਦੇ ਵਿੱਚ ਮੇਰੇ ਮਨ 'ਚ ਪਲੈਨ ਹੈ, ਮੈਂ ਉਹਦੇ ਲੀਗਲ ਸਿਰਫ ਐਸਪੈਕਟ ਦੇਖ ਰਿਹਾ ਕਿ ਅਸੀਂ 144 ਦੇ ਵਿੱਚ ਡਰਾਈਵਰ ਆਪਣਾ ਡਿਟੇਲ, ਆਪਣੀ ਫੋਟੋਗ੍ਰਾਫ, ਆਪਣਾ ਨੰਬਰ ਡਿਸਪਲੇ ਕਰਨਾ ਮੈਂਡੇਟਰੀ ਜੇ ਹੋ ਜੇ, ਤਾਂ ਮੈਨੂੰ ਲੱਗਦਾ ਕਿ ਸਾਡੀ ਕਾਫੀ ਹੱਦ ਤੱਕ ਪ੍ਰੋਬਲਮ ਜਿਹੜੀ ਹੈ ਸੇਫਟੀ ਵਾਲੀ, ਬਿਕੋਜ਼ ਪੁਲਿਸ ਦਾ ਮੇਨ ਸੇਫਟੀ ਐਂਗਲ ਵੀ ਹੈ, ਸੋ ਉਹਨੂੰ ਅਸੀਂ ਠੀਕ ਕਰਨ 'ਚ ਕਾਮਯਾਬ ਹੋ ਜਾਵਾਂਗੇ। ਦੈਟ ਇਜ਼ ਅੰਡਰ ਪ੍ਰੋਸੈਸ, ਉਹ ਸਿਰਫ DC ਸਾਹਿਬ ਆ ਜਾਂਦੇ ਨੇ ਉਹਨਾਂ ਨਾਲ ਬੈਠ ਕੇ ਅਤੇ ਕਾਰਪੋਰੇਸ਼ਨ ਵਾਲੇ ਨਾਲ। ਆਈ ਵਾਂਟ ਟੂ ਐਕਚੁਅਲੀ ਡੂ ਇਟ, ਉਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰਾ ਸਾਡਾ ਜਿਹੜਾ ਸਿਕਿਉਰਿਟੀ ਐਸਪੈਕਟ ਆ ਉਹ ਕਵਰ ਹੋ ਜਾਏਗਾ। ਯਾਰ ਦੇਖੋ, ਅਸੀਂ ਕਰ ਰਹੇ ਹੁਣ 144 ਹੈ, ਉਹਦੇ ਤਾਂ ਹੀ 188 ਦਾ ਪਰਚਾ ਹੁੰਦਾ। ਹੁਣ ਕਾਨੂੰਨ ਜਿਹੜਾ ਤੁਹਾਨੂੰ ਪਤਾ, ਉਹ ਪੁਲਿਸ ਤਾਂ ਉਸੇ ਦਾਇਰੇ 'ਚ ਕੰਮ ਕਰ ਸਕਦੀ ਹੈ, ਬਟ ਵੀ ਆਰ ਡੂਇੰਗ ਅਵਰ ਬੈਸਟ। ਜੋ ਪਤਾ ਲੱਗਿਆ ਇਹਦੇ 'ਚ ਵੀ ਇਹ ਜਿਹੜਾ ਧਾਗਾ ਧੁੱਗਾ ਚਾਈਨਾ ਡੋਰ ਦੀ ਆਉਂਦੀ ਹੈ, ਇਹ ਸਾਨੂੰ ਜ਼ਿਆਦਾ ਦੂਜੇ ਵੱਡੇ ਸ਼ਹਿਰਾਂ ਤੋਂ, ਲੁਧਿਆਣਾ ਜਲੰਧਰ ਤੋਂ ਆ ਰਹੀ ਹੈ, ਜਿੱਥੇ ਜੈਕਟਸ ਵਗੈਰਾ ਬਣਾਉਂਦੇ ਆ ਉਹਦੇ ਵਿੱਚ ਇਹ ਯੂਜ਼ ਹੋ ਰਿਹਾ। ਉਹ ਬੈਕਵਰਡ ਲਿੰਕੇਜ ਸਾਡੀਆਂ ਟੀਮਾਂ ਕੰਮ ਕਰ ਰਹੀਆਂ, ਇਹ ਮਤਲਬ ਆਈ ਐਗਰੀ ਵਿਦ ਯੂ, ਇਹ ਸਾਡੇ ਸਾਰਿਆਂ ਵਾਸਤੇ, ਸੋਸਾਇਟੀ ਵਾਸਤੇ ਇੱਕ ਸਿਕਿਉਰਿਟੀ ਦਾ ਇਸ਼ੂ ਹੈ, ਅਤੇ ਇਹਨੂੰ ਅਸੀਂ ਬੜਾ, ਤੁਸੀਂ ਪੜ੍ਹਦੇ ਹੋ ਰੋਜ਼, ਤੁਹਾਡੇ ਨਾਲ ਸ਼ੇਅਰ ਵੀ ਕਰਦੇ, ਵਟ ਐਵਰ ਬੈਸਟ ਮੈਨੂੰ ਲੱਗਦਾ, ਬਾਕੀ ਨਹੀਂ ਕਿਤੇ ਇੰਨਾ ਦੇਖਿਆ ਹੋਊਗਾ ਆਪਾਂ, ਤਾਂ ਇਹਨੂੰ ਬਹੁਤ ਫੋਕਸ ਏਰੀਆ ਬਣਾਇਆ ਔਰ ਅੱਗੇ ਰੱਖਾਂਗੇ। ਸਰ, ਜਿਸ ਤਰ੍ਹਾਂ ਤੁਹਾਡੇ ਕੋਲ ਦੱਸਿਆ ਜਾ ਰਿਹਾ ਕਿ ਈ ਰਿਸ਼ਕਾ ਜਿਹੜਾ ਵਾ ਬਿਲਾ ਨੰਬਰ ਪਲੇਟ ਤੋਂ ਚੱਲਦਾ ਪਿਆ, ਉਹਦੇ ਵਿੱਚ ਜਿਹੜੇ ਹੈਲਪਰ ਨੇ ਲਗਾਤਾਰ ਬਿਠਾਏ ਜਾਂਦੇ ਨੇ ਦੋ, ਇੱਕ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਆ, ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਈ ਰਿਸ਼ਕਾ ਉਹ ਬਰਾਮਦ ਕਰ ਲਿਆ ਗਿਆ, ਤਾਂ ਤੁਸੀਂ ਕਹਿ ਰਹੇ ਹੋ ਕਿ ਜਲਦ ਜਿਹੜਾ ਕੇਸ ਆ ਉਹ ਟਰੇਸ ਕੀਤਾ ਜਾਏਗਾ, ਕੀ ਲੱਗਦਾ ਨੇ ਕਿ ਇਸ ਨੂੰ ਲੈ ਕੇ ਵੀ ਦੇਖਣਾ ਚਾਹੀਦਾ ਵੀ ਕਿਤੇ ਦੋ ਦੋ ਹੈਲਪਰ ਨਾਲ ਲੈ ਕੇ ਜਾ ਰਹੇ ਨੇ? ਦੇਖੋ, ਉਹ ਉਹੀ ਆਪਾਂ ਕਹਿ ਰਹੇ ਨਾ, ਜਦੋਂ ਬੰਦੇ ਦੀ ID ਤੇ ਨੰਬਰ ਆ ਗਿਆ, ਉਹਦੀ ਜ਼ਿੰਮੇਵਾਰੀ ਡਬਲ ਆਪੀ, ਜਿਹੜਾ ਹੈਲਪਰ ਬਣਾ ਬਿਠਾਊਗਾ ਇਹ ਤਾਂ ਉਹਨੂੰ ਫਾਂਸੀ ਜਾਣਾ, ਪੈਸੇਂਜਰ ਨੇ ਉਹਦਾ ਫੋਟੋ ਖਿੱਚ ਲੈਣੀ, ਹਰੇਕ ਕੋਲ ਅੱਜ ਕੱਲ੍ਹ ਮੋਬਾਈਲ ਹੈ, ਸੋ ਉਹਨੂੰ ਆਪੀ ਉਹ ਥੈਂਕ ਯੂ ਯਾਰ, ਆਪਾਂ ਮਿਲਦੇ ਹਾਂ ਛੇਤੀ ਫਿਰ ਕਹਿੰਦਾ।